ਇਹ ਗੱਲ ਤੇ ਹੁਣ ਪਿਛਲੇ 2-3 ਸਾਲਾਂ ਤੋਂ ਜਿਹੜੀ ਮੈਂ ਗੱਲ ਵੇਖੀ ਆ ਵੀ ਉਹ ਆਪਣੇ ਕੁਝ ਬੰਦੇ ਆ ਜਿਹੜੇ ਉਹ ਇਸ ਗੱਲ ਤੇ ਭਲੀਖਾ ਖਾ ਗਏ ਤੇ ਉਹ ਇੰਟਰਨੈਟ ਤੋਂ ਜਿਹੜਾ ਵਾਈਟ ਰਾਈਟ ਵਿੰਗ ਹੈ ਉਹ ਦੇ ਉਹਦਾ ਉਹਦੀ ਐਟੀਟਿਊਡ ਅਡਾਪਟ ਕਰਨ ਲੱਗੇ ਸੋ ਜਿਹੜਾ ਕਿ ਮੇਰੇ ਖਿਆਲ ਦੇ ਵਿੱਚ ਆਪਣੇ ਆਸਤੇ ਉਹ ਨਹੀਂ ਕਾਤਕਾ ਜਿੰਨਾ ਮਾਡਰਨ ਵੈਸਟਰਨ ਐਟੀਟਿਊਡ ਜਿਹੜਾ ਅਡਾਪਟ ਕਰਨਾ ਜਿਹੜੀ ਸਭ ਤੋਂ ਵੱਡੀ ਵੱਡਾ ਚੈਲੰਜ ਜਿਹੜਾ ਇਸ ਕੰਮ ਦੇ ਵਿੱਚ ਆਉਂਦਾ ਉਹ ਇਹ ਹੈ ਵੀ ਜਿਹੜੀ ਵੀ ਕੋਲੋਨਾਈਜ਼ਡ ਕਮਿਊਨਿਟੀ ਹੈ ਖਾਸ ਕਰਕੇ ਉਹ ਕਮਿਊਨਿਟੀ ਜਿਹਦੇ ਕੋਲੇ ਆਪਦੀ ਪੋਲਿਟਿਕਲ ਪਾਵਰ ਨਹੀਂ ਗਈ ਉਹਨੂੰ ਦੱਬਣਾ ਇਸ ਮਾਡਰਨ ਡਾਇਲੋਜੀ ਵੱਲੋਂ ਹਮੇਸ਼ਾ ਸੌਖਾ ਹੁੰਦਾ ਕਿਉਂ ਕਿਉਂਕਿ ਉਹਦੇ ਵਿੱਚ ਸੈਲਫ-ਹੀਟ ਭਰਨੀ ਬਹੁਤ ਸੌਖੀ ਆ ਉਹਨੂੰ ਇਹ ਦੱਸਣਾ ਵੀ ਤੁਸੀਂ ਨਕਮੇ ਆ ਤੁਸੀਂ ਇਸ ਕਾਬਲ ਨਹੀਂ ਵੀ ਤੁਸੀਂ ਇੱਕ ਆਪ ਦਾ ਆਲਟਰਨੇਟਿਵ ਕਲਚਰਲ ਸਪੇਸ ਜਾਂ ਕਲਚਰਲ ਵੈਲਿਊ ਸਿਸਟਮ ਅੜਾ ਉਹਨੂੰ ਬਿਲਡ ਕਰ ਸਕੋ ਜਿਹੜੀ ਆਪਣੀ ਸਾਰੀ ਦੀ ਸਾਰੀ ਪੰਜਾਬ ਦੇ ਕਾਮਰੇਡਾਂ ਨਾਲ ਲੜਾਈ ਦੀ ਝੜ ਰੜੀ ਉਹ ਹੁਣ ਆਪਾਂ ਨੂੰ ਉੱਪਰੋਂ ਵੇਖਣ ਨੂੰ ਤਾਂ ਇਹ ਲੱਗਦਾ ਵੀ ਸਮਝ ਨਹੀਂ ਆਉਂਦੀ ਵੀ ਇਹ ਕਰੀ ਕਿਉਂ ਜਾਂਦੇ ਆ ਜਾਂ ਉਹਦੀ ਆਪਣੀ ਐਕਸਪਲੇਨੇਸ਼ਨ ਇਹ ਹੁੰਦੀ ਆ ਵੀ ਇਹ ਬੰਦੇ ਸਰਕਾਰੀ ਆ ਸਰਕਾਰ ਨਾਲੇ ਵੇ ਆ ਤੇ ਰਲੇ ਵੇ ਵੀ ਆ ਬਹੁਤ ਇਹਦੇ 'ਚ ਕੋਈ ਸ਼ੱਕ ਨਹੀਂ ਪਰ ਕੋਸ਼ਕ ਹੈ ਉਹ ਜੀ ਵੀ ਹੈ ਜਿਨ੍ਹਾਂ ਦਾ ਸਾਡੇ ਨਾਲੋਂ ਫਰਕ ਸਿਰਫ ਵਿਚਾਰਤਾਰਕੀ ਹੈ ਵਿਚਾਰਤਾਰਕ ਤੌਰ ਤੇ ਸਾਡੇ ਨਾਲ ਉਹ ਵੱਖਰੇ ਹੈ ਉਹ ਵਿਚਾਰਤਾਰਕ ਵੱਖਰਾਪਣ ਕੀ ਹੈ ਉਹ ਵਿਚਾਰਤਾਰਕ ਵੱਖਰਾਪਣ ਆਹੀ ਹੈ ਬਈ ਉਹ ਇਸ ਗੱਲ ਤੇ ਬਜ਼ਾਇਦ ਹੈ ਗੱਲ ਸਾਬਤ ਕਰਨ ਵਾਸਤੇ ਬਈ ਤੁਸੀਂ ਇਸ ਕਾਬਲ ਹੈ ਨਹੀਂਗੇ ਬਈ ਤੁਹਾਡੀ ਐਗਜ਼ਿਸਟੈਂਸ ਦਾ ਕੋਈ ਵੱਖਰਾ ਆਧਾਰ ਹੋਵੇ ਕਿ ਕਿ ਤੁਹਾਡੇ ਕਲਚਰਲ ਵੈਲਿਊਜ਼ ਤੁਹਾਡੀ ਟਰੈਡੀਸ਼ਨ ਰੜੀ ਉਹ ਪੂਰੀ ਜਸਟ ਨਹੀਂ ਗਈ ਉਹ ਸੋਸ਼ਲ ਜਸਟਿਸ ਪੈਦਾ ਕਰ ਹੀ ਨਹੀਂ ਸਕਦੀ ਇਸ ਕਰਕੇ ਇਹਨੂੰ ਛੱਡਣਾ ਹੀ ਇੱਕੋ ਇੱਕ ਹੱਲ ਹੈ ਇੱਕੋ ਇੱਕ ਸੋਲਿਊਸ਼ਨ ਹੈ ਇਹਨੂੰ ਛੱਡ ਕੇ ਹੀ ਅੱਗੇ ਵਧਿਆ ਜਾ ਸਕਦਾ ਇਹ ਇਸ ਗੱਲ 'ਚ ਇਸ ਅੰਡਰਸਟੈਂਡਿੰਗ ਦੇ ਵਿੱਚੋਂ ਲੈਫਟ ਦਾ ਰੜਾ ਸਿੱਖਾਂ ਨਾਲ ਵਿਰੋਧ ਦਾ ਰੜਾ ਉਹ ਪੈਦਾ ਹੋਇਆ ਤੇ ਉਹ ਚੱਲਦਾ ਚੱਲਦਾ ਫਿਰ ਤੁਸੀਂ ਕਹ ਲਓ ਵੀ ਬਹੁਤ ਖੂਨੀ ਰੂਪਕ ਤਿਆਰ ਕਰ ਗਿਆ ਬਾਅਦ ਚੋ ਇਸੇ ਰਾਤ ਤੁਰਦੇ ਤੁਰਦੇ ਅੜੜੇ ਸਟੇਟ ਨਾਲ ਰਲ ਗਏ 84 ਤੋਂ ਬਾਅਦ ਤੇ ਫੇਰ ਪਰ ਜਦੋਂ ਇਹ 1935 ਦੇ ਵਿੱਚ ਜਾਂ 1925 ਦੇ ਵਿੱਚ ਜਦੋਂ ਮਾਰਕਸਿਜ਼ਮ ਪੰਜਾਬ ਦੇ ਵਿੱਚ ਆਇਆ ਹੀ ਆ ਉਦੋਂ ਇਹ ਗੱਲ ਨਹੀਂ ਸੀ ਉਦੋਂ ਸਾਰੇ ਦਾ ਸਾਰਾ ਜਿਹੜਾ ਵਿਰੋਧ ਉਹ ਵਿਚਾਰਧਾਰਕ ਰੂਪ ਦੇ ਵਿੱਚ ਹੀ ਸੀਗਾ ਉਹ ਹੌਲੀ 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 ਉਹ ਵਿਚਾਰਧਾਰਕ ਵਿਰੋਧ ਇੰਨਾ ਤਿੱਖਾ ਹੁੰਦਾ ਗਿਆ ਵੀ ਜਦੋਂ ਸਿੱਖਾਂ ਦਾ ਸਟੇਟ ਨਾਲ ਪੰਗਾ ਪਿਆ ਉਹ ਸਟੇਟ ਨਾਲ ਖੜ ਗਏ ਪਰ ਉਹਦੀਆਂ ਜੜਾਂ ਜੜੀਆਂ ਉਹ ਪਿੱਛੇ ਜਾਂਦੀਆਂ ਗਦਰੀ ਬਾਬਿਆਂ ਤੱਕ ਕਿਉਂਕਿ ਉਦੋਂ ਪਹਿਲੀ ਵਾਰੀ ਗਦਰੀ ਬਾਬਿਆਂ ਦੇ ਵੇਲੇ ਪਹਿਲੀ ਵਾਰੀ ਜਿਹੜਾ ਮਾਰਕਸਿਜ਼ਮ ਦਾ ਆਈਡੀਆ ਪੰਜਾਬ ਦੇ ਵਿੱਚ ਆਇਆ ਤੇ ਪਹਿਲੀ ਵਾਰੀ ਜਿਹੜਾ ਮੇਰੇ ਖਿਆਲ ਦੇ ਵਿੱਚ ਜਦੋਂ ਅ ਪੰਜਾਬ ਦੇ ਵਿੱਚ ਪਹਿਲੀ ਜਿਹੜੀ ਕਮਿਊਨਿਸਟ ਪਾਰਟੀ ਹੈ ਉਹਦੀ ਸਥਾਪਨਾ ਹੋਈ ਹੈ ਉਹ ਹੈਰਾਨੀ ਦੀ ਗੱਲ ਵੇਖੋ ਉਹ શ્રી 카ਰਤਕ ਸਾਹਿਬ ਤੋਂ ਹੁਕਮਨਾਮਾ ਲੈ ਕੇ ਹੋਈ ਤੇ ਉਹ ਬਾਅਦ ਦੇ ਵਿੱਚ ਵੇਖ ਲੋ ਨੇ ਕੀ ਕੀਤਾ ਤੋ ਉਹਦੇ ਚ ਹੁਣ ਪ੍ਰੋਬਲਮ ਕੀ ਸੀਗੀ ਵੀ ਸਿਖੜੜੀ ਉਹ ਓਪਨ ਐਨੇ ਐ ਬਾਹਰਲੀ ਚੀਜ਼ ਪ੍ਰਤੀ ਵੀ ਉਹਨਾਂ ਦਾ ਜਿਵੇਂ ਤੁਸੀਂ ਕਹਿ ਲੋ ਵੀ ਅੰਗਰੇਜ਼ਾਂ ਦਾ ਕਬਜ਼ਾ ਹੋਣ ਤੋਂ ਬਾਅਦ ਇੱਕ ਕਿਸਮ ਨਾਲ ਜਿਹੜਾ ਨਹੀਂ ਸਾਡੇ ਅੰਦਰ ਕੋਈ ਸਪਿਰਚੁਅਲ ਇਮਿਊਨ ਸਿਸਟਮ ਹੁੰਦਾ ਵੀ ਕੋਈ ਬਾਹਰੋਂ ਚੀਜ਼ ਆ ਰਹੀ ਹੈ ਰੜੀ ਉਹਦੀ ਕੋਈ ਸ਼ਾਨ ਨਹੀਂ ਹੁੰਦੀ ਐ ਵੀ ਇਹ ਹਾਰਮਫੁਲ ਐ ਕਿ ਇਹ ਬੈਨੇਫੀਸ਼ੀਅਲ ਹੈ ਵੀ ਅਸੀਂ ਇਹਨੂੰ ਆਈ ਅਡਾਪਟ ਕਰਨਾ ਹੈ ਜਾਂ ਇਹਦੇ ਵਿੱਚ ਕੋਈ ਮੋਡੀਫਿਕੇਸ਼ਨ ਕਰਨੀ ਹੈ ਜਾਂ ਕੁਝ ਕਰਨਾ ਹੈ ਇਹਦਾ ਉਹ ਸਿਸਟਮ ਸਿੱਖਾਂ ਦਾ ਡਿਸਟਰੋਏ ਹੋ ਗਿਆ ਜਦੋਂ ਵੀ ਨਵਾਂ ਆਈਡੀਆ ਆਉਂਦਾ ਉਹ ਨਵਾਂ ਆਈਡੀਆ ਜਿੰਨਾ ਚਿਰ ਪੂਰੀ ਤਰ੍ਹਾਂ ਆਪਦੇ ਰੰਗ ਨਹੀਂ ਵਿਖਾ ਦਿੰਦਾ ਪੂਰੀ ਤਰ੍ਹਾਂ ਆਪਦਾ ਖਾਸਾ ਨਹੀਂ ਵਿਖਾ ਦਿੰਦਾ ਉਹਨਾਂ ਚਿਰ ਅਸੀਂ ਉਹਦੇ ਵਿਰੋਧ ਨਹੀਂ ਹੁੰਦੇ ਜਿਵੇਂ ਜਿੰਨਾ ਚਿਰ ਲੈਫਟ ਰਹੜਾ ਉਹ ਪੂਰੀ ਤਰ੍ਹਾਂ ਸਟੇਟ ਦੇ ਨਾਲ ਰਲ ਕੇ ਚੱਲੇ ਆਣੀਆਂ ਜਿੰਨਾ ਚਿਰ ਉਹ ਮੁਖਬਰੀਆਂ ਕਰਨ ਤੱਕ ਨਹੀਂ ਗਏਗੇ ਉਹਨਾਂ ਚਿਰ ਅਸੀਂ ਇਹ ਗੱਲ ਹੀ ਨਹੀਂ ਛੱਡੀ ਹਾਂਜੀ ਇਹ ਵੀ ਬਰਾਬਰੀ ਦੀ ਗੱਲ ਕਰਦੇ ਅਸੀਂ ਵੀ ਬਰਾਬਰੀ ਦੀ ਗੱਲ ਕਰਦੇ ਜਦੋਂ ਉਹਨਾਂ ਨੇ ਜਮੈਂ ਵਿਖਾਤਾ ਇਹੀ ਇੰਡੀਵਿਜੂਅਲ ਬੰਦਿਆਂ ਪ੍ਰਤੀ ਹੈ ਇਹ ਇਹਹੀ ਸਾਰੀ ਸਾਰੀ ਪ੍ਰੋਬਲਮ ਦੀ ਜੜ੍ਹ ਹੀ ਇਹ ਹੈ ਵੀ ਕੋਈ ਬੰਦਾ ਵਿਦਵਾਨ ਬਣ ਕੇ ਆਉਂਦਾ ਉਹ ਮਿੱਠੀਆਂ ਗੱਲਾਂ ਕਰਦਾ ਅਸੀਂ ਉਹਦੀਆਂ ਬਾਕੀ ਗੱਲਾਂ ਸਾਰਾ ਉਹਦਾ ਵਿਚਾਰਧਾਰਕ ਆਧਾਰ ਇਗਨੋਰ ਕਰੀ ਜਾਂਦੇ ਆ ਵੀ ਇਹਨੇ ਇਹ ਪ੍ਰੋਬਲਮਸ ਕੀ ਕ੍ਰੀਏਟ ਕਰ ਰਿਆ ਉਹ ਉਦਲੀਆ ਮਿੱਠੀਆਂ ਗੱਲਾਂ ਚੱਕ ਲੈਣੇ ਆ ਜਿਹੜੀਆਂ ਥੋੜੀਆਂ ਜਿਹੀਆਂ ਸਾਂਝੀਆਂ ਜਿਹੜੀਆਂ ਸਾਨੂੰ ਚੰਗੀਆਂ ਲੱਗਣ ਵਾਲੀਆਂ ਕੰਨਰਾਸ ਵਾਲੀਆਂ ਗੱਲਾਂ ਅਗਲਾ ਕਰਦਾ ਉਹਨੂੰ ਐਕਸੈਪਟ ਕਰ ਲੈਣੇ ਆ ਤੇ ਬਾਅਦ ਚ ਅਗਲਾ ਖਿਲਾੜੇ ਪਾ ਕੇ ਤੁਰਦਾ ਬਣਦਾ ਸੋ ਜਦੋਂ ਸਾਰਾ ਕੁਝ ਹੋ ਬੀਤ ਜਾਂਦਾ ਉਸ ਤੋਂ ਬਾਅਦ ਉਹਦੇ ਬਾਰੇ ਅਵੇਅਰ ਹੋਣ ਦਾ ਕੋਈ ਮੀਨਿੰਗ ਨਹੀਂ ਰਹਿ ਜਾਂਦਾ ਹੁਣ ਇੰਡੀਅਨ ਨੈਸ਼ਨਲਿਜ਼ਮ ਬਾਰੇ ਵੀ ਬੇਸਿਕਲੀ ਇਹੀ ਹੋਇਆ ਨਾ ਵੀ ਇੰਡੀਅਨ ਨੈਸ਼ਨਲਿਸਟ ਜੰਨਾਚਰ ਦਰਬਾਰ ਸਾਹਿਬ ਤੇ ਹਮਲਾ ਨਹੀਂ ਹੋਇਆ ਉਹਨਾਂ ਚਰ ਉਹ ਭੂਤ ਨਿਕਲਿਆ ਹੀ ਨਹੀਂਗਾ ਵਾਲੇ ਲੋਕਾਂ ਦੇ ਉਹਨੂੰ ਸਿਰ ਤੇ ਪੂਰਾ ਚੜਿਆ ਵਿਆ ਹੀ ਰਿਹਾ ਉਦੋਂ ਤੋਂ ਲੈ ਕੇ 47 ਵੀ ਵਾਪਰਿਆ ਹੋਰ ਵੀ ਸਾਰਾ ਕੁਝ ਤੇ ਬਹੁਤ ਵੱਡੀ ਗਿਣਤੀ ਦੇ ਜੋ ਤਾਂ ਹਜੇ ਵੀ ਨਹੀਂ ਨਿਕਲੇ ਆ ਸੋ ਜਿਹੜੀ ਇਹ ਗੱਲ ਹੈ ਵੀ ਜਿਹੜਾ ਇੱਕ ਇਹੋ ਜਿਹਾ ਇੱਕ ਕੌਮ ਦਾ ਸਾਂਝਾ ਇਮਿਊਨ ਸਿਸਟਮ ਹੁੰਦਾ ਇਹਦੇ ਤੇ ਵੀ ਕਈ ਵਿਦਵਾਨਾਂ ਨੇ ਇਸ ਗੱਲ ਤੇ ਕੰਮ ਕੀਤਾ ਵੀ ਇੱਕ ਕਲੈਕਟਿਵ ਇਮਿਊਨ ਸਿਸਟਮ ਵੀ ਹੁੰਦਾ ਕਿਸੇ ਕੌਮ ਦਾ ਮੈਨੂੰ ਲੱਗਦਾ ਵੀ ਜਿਹੜੀ ਸਾਰੀ ਸਾਡੀ ਪ੍ਰੋਬਲਮ ਸਾਡੀ ਜਿਹੜੀ ਪੋਲਿਟਿਕ ਸਾਰੀ ਵਿਗੜੀ ਆ ਉਦੇ ਚ ਸਭ ਤੋਂ ਵੱਡਾ ਰੋਲ ਇਹ ਗੱਲ ਨੇ ਪਲੇ ਕੀਤਾ ਵੀ ਉਹ ਕਿਤੇ ਨਾ ਕਿਤੇ ਸਾਡਾ ਉਹ ਇਮਿਊਨ ਸਿਸਟਮ ਖਤਮ ਹੋ ਗਿਆ। ਉਹਦੇ ਉਹਦੀ ਕੋਈ ਫੰਕਸ਼ਨਿੰਗ ਹੀ ਨਹੀਂ ਰਹੀਗੀ। ਉਹ ਸਾਨੂੰ ਉਹਦੀ ਲੋੜ ਹੀ ਨਹੀਂ ਲੱਗਦੀ। ਸਾਡਾ ਸਿੱਧਾ ਫਾਰਮੂਲਾ ਵੀ ਹਰ ਚੀਜ਼ ਸਾਨੂੰ ਐਕਸੈਪਟਡ ਆ ਜਿਹੜੀ ਭਾਵੇਂ ਉੱਪਰੋਂ ਉੱਪਰੋਂ ਠੀਕ ਲੱਗਦੀ ਹੋਵੇ ਤੇ ਜਿੰਨਾ ਚਿਰ ਉਹ ਚੀਜ਼